ਸਾਰੇ ਉਹ ਉੱਥੇ ਥੱਲੇ ਬੈਠ ਰਹੇ ਨੇ ਜੀ, ਥੱਲੇ ਬੈਠ ਰਹੇ ਨਹੀਂ ਬੈਠ ਰਹੇ, ਬੈਠ ਜਾਓ। ਤਾਂ ਦੱਸ ਕੇ ਭਾਜਪਾ ਦਾ ਵਿਰੋਧ ਕਰ ਰਹੇ 3 ਕਿਸਾਨ ਆਗੂਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਕਿਸਾਨ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਤੇ ਪੁਲਿਸ ਦੀ ਇਸ ਕਾਰਵਾਈ ਤੇ ਉਹਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ, ਕਿਉਂਕਿ 3 ਕਿਸਾਨ ਆਗੂਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਤਾਂ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ 15 ਮਈ ਨੂੰ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਤਾਂ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ 3 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦਾ ਰੋਸ ਵੇਖਣ ਨੂੰ ਮਿਲ ਰਿਹਾ। ਸੜਕਾਂ ਤੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਤੇ ਪੁਲਿਸ ਦੀ ਇਸ ਕਾਰਵਾਈ ਤੋਂ ਨਾ ਖੁਸ਼ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਾਂ ਦੱਸ ਦਈਏ ਕਿ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਲਗਾਤਾਰ ਭਾਜਪਾ ਦੇ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ। ਤਾਂ ਇਸੇ ਸੰਬੰਧ ਦੇ ਵਿੱਚ ਇਹ ਫਰੀਦਕੋਟ ਦੇ ਵਿੱਚ ਸੀ, ਜਿੱਥੇ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 15 ਮਈ ਨੂੰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਤਾਂ ਇਸ ਸੰਬੰਧੀ ਪੁਲਿਸ ਨੇ ਪਹਿਲਾਂ ਹੀ ਵੱਡੀ ਕਾਰਵਾਈ ਕੀਤੀ ਤੇ 3 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਦੇਖੋ ਜੀ, ਕਾਰਨ ਕੀ ਹੈ ਵੀ ਇਹ ਸਾਡਾ SKM ਵੱਲੋਂ ਪਹਿਲਾਂ ਦਾ ਐਲਾਨ ਕੀਤਾ ਹੋਇਆ ਵੀ ਅਸੀਂ ਭਾਰਤੀ ਜਨਤਾ ਪਾਰਟੀ ਨੇ ਸਾਡੇ ਤੇ ਬਹੁਤ ਜ਼ੁਲਮ ਕੀਤੇ ਆ, ਦਿੱਲੀ 'ਚ ਵੀ ਕੀਤੇ, ਉਸ ਤੋਂ ਬਾਅਦ ਵੀ ਕੀਤੇ ਆ, ਅਸੀਂ ਉਹਦਾ ਵਿਰੋਧ ਡਟ ਕੇ ਕਰਨਾ ਔਰ ਕਰ ਵੀ ਰਹੇ ਹਾਂ। ਹੁਣ ਛੋਟਾ ਜਿਹਾ ਇੱਕ ਇਸ਼ੂ ਬਣਾ ਕੇ ਪ੍ਰਸ਼ਾਸਨ ਵੱਲੋਂ ਕੋਈ ਵੀਡੀਓ ਦੇ ਵਿੱਚ ਕੋਈ ਗਲਤ ਕੀ ਬੋਲਿਆ ਗਿਆ ਜਾਂ ਕੋਈ ਕਿਸੇ ਨਾ ਕੁਦਰਤੀ ਤੌਰ 'ਤੇ ਕੋਈ ਬੰਦਾ ਬੋਲ ਲੈਂਦਾ, ਉਹ 'ਤੇ ਕੋਈ ਪ੍ਰੈਕਟੀਕਲੀ ਗੱਲ ਨਹੀਂ ਹੋਈ, ਕੋਈ ਐਕਸ਼ਨ ਨਹੀਂ ਹੋਇਆ, ਕਿਸੇ ਦੇ ਕੋਈ ਰੋੜਾ ਨਹੀਂ ਮਾਰਿਆ, ਕਿਸੇ ਦੇ ਕੋਈ ਸੱਟ ਫੇਟ ਨਹੀਂ ਵੱਜੀ ਹੈਗੀ ਆ। ਸੋ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਸੀ ਵੀ ਉਹਨੂੰ ਨਿਬੇੜ ਦਿਓ, ਅਸੀਂ SKM ਬਹਿ ਕੇ, ਠੀਕ ਹੈ ਸਾਡਾ ਡਿਸਿਪਲਿਨ ਦਾ ਕੰਮ ਹੁੰਦਾ SKM ਦਾ, ਪਹਿਲਾਂ ਅਸੀਂ ਸਾਲ ਉੱਥੇ, ਸਾਲ ਤੋਂ ਉੱਪਰ ਦਿੱਲੀ ਬੈਠ ਕੇ ਉੱਥੇ ਡਿਸਿਪਲਿਨ ਕਿੰਨਾ ਕੁ ਭੰਗ ਕੀਤਾ SKM ਨੇ ਵੀ ਸਾਡਾ ਜੋ SKM ਆ ਡਿਸਿਪਲਿਨ ਭੰਗ ਕਦੇ ਵੀ ਨਹੀਂ ਕਰਦਾ, ਠੀਕ ਹੈ ਵੀ ਚਲੋ ਕਿਤੇ ਕੋਈ ਗੱਲ ਹੋਊਗੀ ਤਾਂ ਅਸੀਂ ਬਹਿ ਕੇ ਮੀਟਿੰਗ ਕਰਕੇ ਤੇ ਵਿਚਾਰ ਕਰਕੇ SKM ਦੀ ਮੀਟਿੰਗ ਦੁਆਰਾ ਅਸੀਂ ਫਰੀਦਕੋਟ ਤੇ ਸਪੈਸ਼ਲ ਕਰ ਲਾਂਗੇ, ਵੱਡੀ ਮੀਟਿੰਗ ਵੀ ਕਰ ਲਾਂਗੇ, ਅਸੀਂ ਬਹਿ ਕੇ ਉੱਥੇ ਵਿਚਾਰ ਕਰ ਲਾਂਗੇ ਦੁਆਰਾ ਫਿਰ, ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਜੋ ਅਸੀਂ ਉਹਨਾਂ ਵਾਲੇ ਖਿਲਾਫ ਬੋਲਣਾ ਲੋਕਾਂ 'ਚ ਪ੍ਰਚਾਰ ਕਰਨਾ ਅਸੀਂ ਕਰਨਾ ਹੀ ਕਰਨਾ ਹੈਗਾ, ਕਿਉਂਕਿ ਸਾਡਾ ਇਸ਼ੂ ਹੈਗਾ ਕਿ ਅਸੀਂ ਉਹਨਾਂ ਦੀ ਸਾਡੀ ਮਨ ਦੀ ਇੱਛਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੋਣੀ ਚਾਹੀਦੀ, ਜੋ ਪੰਜਾਬ ਦੇ ਵਿੱਚ ਲਹਿਰ ਚੱਲਦੀ ਸਾਰੇ ਦੇਸ਼ ਦੇ ਵਿੱਚ ਚੱਲ ਕੇ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਾਸੇ ਹੋਣੀ ਚਾਹੀਦੀ ਹੈ। ਪਰ ਉਹ ਸਾਨੂੰ ਅਸੀਂ ਮੀਟਿੰਗ ਕਰਕੇ ਆਏ ਜਥੇਬੰਦੀਆਂ SKM ਦੀਆਂ ਪ੍ਰਸ਼ਾਸਨ ਦੇ ਨਾਲ, ਵੀ ਉਹਦਾ ਕੋਈ ਖਾਸ ਸਿੱਟਾ ਜਿਹੜਾ ਹੈਗਾ ਨਹੀਂ ਨਿਕਲਿਆ ਹੈਗਾ, ਔਰ ਬਸ ਉਹ ਕੀ ਹੈ ਕਹਿੰਦੇ ਵੀ ਜੇਲ੍ਹ ਭੇਜਤਾ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ, ਤਾਂ ਜੀ ਉਹਦੀ ਜ਼ਮਾਨਤ ਕਰਾ ਲਓ, ਜੋ ਜ਼ਮਾਨਤ ਕਰਾਉਣ ਨੂੰ ਕੋਈ ਅੰਦਰ, ਠੀਕ ਹੈ ਜਿਹੜੇ ਸਾਡੇ ਲੀਡਰ ਹੁੰਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਸਮਾਜ ਸੇਵੀ ਹੁੰਦੇ, ਹਮੇਸ਼ਾ ਅੰਦਰ ਜਾਂਦੇ ਆ ਔਰ ਉਹਨਾਂ ਦੀਆਂ ਜ਼ਮਾਨਤਾਂ ਵੀ ਹੁੰਦੀਆਂ ਨੇ, ਸਭ ਕੁਝ ਹੋ ਜਾਂਦਾ, ਪਰ ਕਾਰਨ ਤਾਂ SKM ਨੂੰ ਬਿਨਾਂ ਗੱਲ ਤੋਂ SKM ਨੂੰ ਅੰਦਰ ਕਰ ਦੇਣਾ, ਤਾਂ ਇੱਕ ਇਕੱਲੇ ਕਿਰਤੀ ਕਿਸਾਨ ਯੂਨੀਅਨ ਜਾਂ ਇਕੱਲਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਾਂ ਕੁਝ ਹੋਰ ਸੱਜਣ ਇੱਕ ਦੋ ਹੈਗੇ ਨੇ, ਉਹਨਾਂ ਦੇ ਨਾਲ ਇਕੱਲਾ ਇਹ ਰੌਲਾ ਨਹੀਂ, ਰੌਲਾ ਤਾਂ SKM ਦੇ ਨਾਲ ਸਾਰਾ ਬਣ ਜਾਂਦਾ ਹੈਗਾ। ਜੇ SKM ਬੈਠਾ ਕਿਸੇ ਗੱਲ ਤੇ ਮੇਜ਼ ਤੇ ਬਹਿ ਕੇ ਟੇਬਲ ਟਾਕ ਕਰਕੇ ਸਾਰ ਕੋਈ ਗੱਲ ਕਰਨੀ ਚਾਹੁੰਦਾ ਹੈਗਾ ਤਾਂ ਪ੍ਰਸ਼ਾਸਨ ਨੂੰ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਸੀ, ਚਲੋ ਅਦਰਵਾਈਜ਼ ਜੇ ਨਹੀਂ ਕੀਤੀ ਤਾਂ ਫਿਰ ਅੱਜ ਅਸੀਂ ਜਿਹੜਾ SKM ਹੈਗਾ ਅਸੀਂ ਉਹਦੇ ਐਲਾਨ ਕਰਦੇ ਹਾਂ ਕਿ 13 ਤੇ 14 ਦੀ ਤਿਆਰੀ ਕਰਕੇ 15 ਨੂੰ ਬਹੁਤ ਵੱਡਾ ਐਕਸ਼ਨ ਇੱਥੇ ਜਿਹੜਾ ਅੱਜ ਵਾਲਾ ਨਹੀਂ ਹੈ। ਅੱਜ ਤਾਂ ਚਲੋ ਕਿਰਤੀ ਕਿਸਾਨ ਜੀ ਨੂੰ ਅਸੀਂ ਲੀਡਰ ਤੌਰ ਤੇ ਜਾਂ ਆਗੂਆਂ ਤੌਰ ਤੇ ਜਥੇਬੰਦੀਆਂ ਆਈਆਂ ਵੀ ਬਹਿ ਕੇ ਉਹਨੂੰ ਮਸਲਾ ਹੱਲ, ਕਿਉਂਕਿ ਪਹਿਲਾ ਕੰਮ ਸਾਡਾ ਹੁੰਦਾ ਟੇਬਲ ਟਾਕ ਕਰਕੇ ਬਹਿ ਕੇ ਨਿਬੇੜਨ ਦਾ। ਪਰ ਜੇ ਪ੍ਰਸ਼ਾਸਨ ਨਹੀਂ ਇਸ ਗੱਲ ਤੇ ਨਹੀਂ ਹੈ ਵੀ ਇਹੀ ਗੱਲ ਆਪਾਂ ਫਰੀਦਕੋਟ ਦੇ ਵਿੱਚ ਆਪਾਂ ਹਿਲਜੁਲ ਮਚਾਉਣੀ ਚਾਹੁੰਦੇ ਹਾਂ ਵੀ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਬਣ ਜਾਵੇ ਕਿ ਸਾਰਾ ਪੰਜਾਬ ਇੱਥੇ ਆਵੇ ਹੌਲੀ ਹੌਲੀ, ਤਾਂ ਫਿਰ ਆਪਾਂ ਇਹ ਗੱਲ ਕਰ ਲੈਣੀ, ਫਿਰ 15 ਤਰੀਕ ਨੂੰ ਸਾਡਾ ਬਹੁਤ ਵੱਡਾ ਐਕਸ਼ਨ ਇਸ ਥਾਣੇ ਦੇ ਅੱਗੇ, ਥਾਣੇ ਦਾ ਘਰਾਓ ਜਿਹੜਾ ਹੈਗਾ ਅਸੀਂ ਕਰਾਂਗੇ SKM ਵੱਲੋਂ। ਅਦਰਵਾਈਜ਼ 2 ਦਿਨਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਸ਼ਰਤ ਤੋਂ ਰਿਹਾ ਕਰਦੇ ਵੀ ਹਾਂ ਅਸੀਂ SKM ਇਸ ਗੱਲ ਦੀ ਅਸੀਂ ਗਰੰਟੀ ਲੈਂਦੇ ਵੀ SKM ਅਸੀਂ ਬੈਠ ਕੇ ਵਿਚਾਰ ਕਰਾਂਗੇ ਇਸ ਗੱਲ 'ਤੇ, ਜੇ ਗੱਲ ਕੋਈ ਹੋਈ ਹੈਗੀ ਹੈ ਜਾਂ ਕੋਈ ਗੱਲ ਬੋਲੀ ਗਈ ਹੈਗੀ ਹੈ ਅਸੀਂ SKM ਉਹ 'ਤੇ ਮੀਟਿੰਗ ਕਰਕੇ ਸਾਰੀ ਅਸੀਂ ਵਿਚਾਰ ਬਣਾਵਾਂਗੇ ਉਸ ਗੱਲ 'ਤੇ। BJP ਦਾ ਵਿਰੋਧ
ਡਟ ਕੇ ਰਹੂਗਾ। ਠੀਕ ਹੈ, ਅਸੀਂ ਡਿਸਿਪਲਿਨ ਦੇ ਵਿੱਚ ਦੇਖੋ ਐਸਕੇਐਮ ਨੇ ਪਹਿਲਾਂ ਵੀ ਕਿਹਾ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ, ਸਵਾਲਬਾਜ਼ੀ ਕਰਾਂਗੇ, ਮੁਰਦਾਬਾਜ਼ੀ ਕਰਾਂਗੇ ਪਿੰਡਾਂ ਦੇ ਵਿੱਚ, ਪ੍ਰਚਾਰ ਕਰਾਂਗੇ, ਲੋਕਾਂ ਨੂੰ ਇਹ ਪ੍ਰੇਰਿਤ ਕਰਾਂਗੇ, ਇਹਨਾਂ ਨੂੰ ਵੋਟ ਨਹੀਂ ਪਾਉਣੀ। ਸਾਡੀ ਜ਼ਾਲਮ ਸਰਕਾਰ, ਸਾਡੀ ਦੁਸ਼ਮਣ ਸਰਕਾਰ ਆ, ਜਿਹਨੇ 700 ਤੋਂ ਬਾਅਦ ਦਿੱਲੀ ਦੇ ਵਿੱਚ ਸ਼ਹੀਦ ਕੀਤੇ, ਸਾਡਾ ਸ਼ੁਭ ਕਰਨ ਮਾਰਿਆ, ਟਰੈਕਟਰ ਤੋੜੇ ਅਤੇ ਕੋਈ ਲੋਕਾਂ ਦੀਆਂ ਨਿਗ੍ਹਾ ਗਈਆਂ ਹੈਗੀਆਂ, ਬਹੁਤ ਵੱਡਾ ਇਨਸਾਨ, ਕਿੱਲ ਗੱਡੇ ਸਾਡੇ ਅੱਗੇ ਥੰਮ ਬਣਾਏ ਇਹਨਾਂ ਸਰਕਾਰ ਨੇ, ਤਾਂ ਇਹ ਸਰਕਾਰ ਸਾਡੀ ਕਿਵੇਂ ਹੋ ਸਕਦੀ ਹੈ? ਸਾਡੀ ਸਾਡੇ 'ਤੇ ਜ਼ੁਲਮ ਕਰਨ ਵਾਲੀ ਸਰਕਾਰ ਆ, ਜ਼ਾਲਮ ਸਰਕਾਰ ਹੈ, ਪੰਜਾਬ ਸਰਕਾਰ ਦਾ ਰਹੀ ਹੈ, ਇਹਨੂੰ ਦੇਖ ਕੇ ਬਹੁਤ ਗਲਤ ਮੈਂ ਕਹੂੰਗਾ, ਕਿਉਂਕਿ ਪੰਜਾਬ ਸਰਕਾਰ ਦੇ ਅੰਡਰ ਹੀ ਚੱਲ ਰਿਹਾ ਨਾ ਪ੍ਰਸ਼ਾਸਨ ਸਾਰਾ। ਤਾਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜੇ ਗੱਲ ਕੋਈ ਹੋ ਗਈ ਐਸਕੇਐਮ ਦੇ ਨਾਲ, ਐਸਕੇਐਮ ਕਦੇ ਵੀ ਗਲਤ ਡਿਸਿਪਲਿਨ ਤੋਂ ਬਾਹਰ ਹੋ ਕੇ ਚੱਲਣ ਵਾਲਾ ਨਹੀਂ, ਤਾਂ ਪੰਜਾਬ ਸਰਕਾਰ ਨੂੰ ਵੀ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਸੀ, ਕਹਿਣਾ ਚਾਹੀਦਾ ਪ੍ਰਸ਼ਾਸਨ ਨੂੰ ਇਸ ਗੱਲ ਨੂੰ ਨਿਬੇੜ ਲੈਣਾ ਚਾਹੀਦਾ ਸੀਗਾ। ਅਦਰਵਾਈਜ਼ ਪ੍ਰਸ਼ਾਸਨ ਨੂੰ ਪਤਾ ਹੈਗਾ ਵੀ ਐਸਕੇਐਮ ਫਰੀਦਕੋਟ ਦਾ, ਐਸਕੇਐਮ ਕਿੰਨਾ ਕੁ ਰੌਲਾ ਪਾਉਂਦਾ, ਕਿੰਨਾ ਕੁ ਅੱਗੇ ਡਿਸਿਪਲਿਨ ਤੋਂ ਬਾਹਰ ਹੋ ਕੇ ਚੱਲਿਆ ਫਰੀਦਕੋਟ ਦਾ, ਖਾਸ ਕਰਕੇ ਮੈਂ ਐਸਕੇਐਮ ਦੀ ਗੱਲ ਕਰਾਂ ਤਾਂ ਇਸ ਕਰਕੇ ਵੀ 15 ਤਰੀਕ ਦਾ ਸਾਡਾ ਬਹੁਤ ਵੱਡਾ ਐਕਸ਼ਨ ਹੋਊਗਾ, ਜਿਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਸਾਰਾ ਪੰਜਾਬ ਦਾ ਸਿਸਟਮ ਬਣ ਸਕਦਾ ਸੀ। ਮੈਂ 37 ਦੇ ਵਿੱਚ ਗੱਲ ਕਰੂੰਗਾ, 37 ਕਿਸਾਨ ਜਥੇਬੰਦੀਆਂ ਸਾਡੀਆਂ ਸੰਯੁਕਤ ਮੋਰਚੇ ਦੀਆਂ ਹੈਗੀਆਂ, ਔਰ ਫਰੀਦਕੋਟ ਦੀਆਂ ਜਥੇਬੰਦੀਆਂ, ਇਹ ਵੀ ਸਾਰੀਆਂ ਆਪਦੀਆਂ ਮੀਟਿੰਗ ਕਰਕੇ ਬਹੁਤ ਵੱਡਾ ਅਸੀਂ ਐਕਸ਼ਨ ਦੇਵਾਂਗੇ। ਯੂਨੀਅਨ ਦੇ ਕਿੰਨੇ ਆਗੂ ਜਿਹੜੇ ਗ੍ਰਿਫਤਾਰ ਹੋਏ? ਸ਼ਾਇਦ 3 ਆਗੂ ਹੈਗੇ, ਇੱਕ ਨਿਹਾਲ ਨੌਨਿਹਾਲ ਸਿੰਘ ਹੈਗਾ, ਇੱਕ ਰਜਿੰਦਰਦੀਪ ਸਿੰਘ ਵਾਲਾ, 4 ਆਗੂ ਸ਼ਾਇਦ 2 ਹੋਰ ਨੇ, 4 ਆਗੂ ਗੁਰਮੀਤ ਸਿੰਘ ਆ ਸ਼ਾਇਦ ਕੋਈ ਸੰਗਰਾਹੂਰ, 4 ਆਗੂ ਜਿਹੜੇ ਹੈਗੇ ਉਹਦੇ ਗ੍ਰਿਫਤਾਰ ਹੋਏ ਆ। ਸਾਡਾ ਸਾਡੀ ਇੱਕ ਹੀ ਗੱਲ ਹੈਗੀ ਆ ਵੀ ਠੀਕ ਆ, ਜੋ ਕੋਈ ਗੱਲ ਹੋਈ ਅਸੀਂ ਬੈਠ ਕੇ ਉੱਤੇ ਵਿਚਾਰ ਕਰਾਂ, ਕਿਉਂਕਿ ਮੇਨ ਆਗੂ ਨੇ ਜਿਹੜੀ ਗੱਲ ਵੀਡੀਓ ਆਈ ਹੁਣ, ਇਹ ਮੈਨੂੰ ਅੱਗੇ ਕਿਸੇ ਨੇ ਨਹੀਂ ਬੋਲੀ ਹੈ, ਚਲੋ ਥੱਲੇ ਵਾਲੇ ਪਾਸੇ ਕੋਈ ਬੋਲੀ ਗਈ ਤਾਂ ਉੱਥੇ ਅਸੀਂ ਵਿਚਾਰ ਕਰਾਂਗੇ, ਇਸ ਕੰਮ ਮੀਟਿੰਗ ਕਰਾਂਗੇ, ਅਸੀਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ, ਅਦਰਵਾਈਜ਼ ਨਹੀਂ ਸਾਡਾ 15 ਤਰੀਕ ਦਾ ਪ੍ਰੋਗਰਾਮ ਹੋਊਗਾ। ਬਸ ਉਹ ਪ੍ਰਸ਼ਾਸਨ ਨੇ ਕਿਹਾ ਉਹਦੀ ਜ਼ਮਾਨਤ ਕਰਾ ਲਓ, ਰਜਿੰਦਰ ਸਿੰਘ ਦੀਪ ਸਾਹਿਬ ਦੂਜਿਆਂ ਦੀ ਜ਼ਮਾਨਤ ਕਰਾ ਲਓ, ਜ਼ਮਾਨਤ ਕਰਾਉਣ ਤਾਂ ਹੋ ਜਾਂਦੀ ਹੈ ਕਿਉਂਕਿ ਸਾਡੀਆਂ ਅਸੀਂ ਤਾਂ ਕੁਰਬਾਨੀਆਂ ਵਾਸਤੇ ਹੀ ਆ ਨਾ, ਜਥੇਬੰਦੀਆਂ ਹੁੰਦੀਆਂ, ਇਹ ਲੋਕ ਹੁੰਦੇ ਨੇ, ਇਹ ਕੁਰਬਾਨੀਆਂ ਵਾਸਤੇ ਹੁੰਦੇ ਨੇ, ਸਾਡੇ ਤਾਂ ਅੰਦਰ ਜਾ ਕੇ ਲੋਕਾਂ ਵਾਸਤੇ ਅੰਦਰ ਗਏ ਨੇ, ਆਪਦੇ ਵਾਸਤੇ ਨਹੀਂ ਆਏ, ਲੋਕਾਂ ਦੇ ਹਵਾਇਸ਼ ਵਾਸਤੇ, ਲੋਕਾਂ ਦੀ ਗੱਲ ਕਹਿਣ ਕਰਕੇ ਅੰਦਰ ਗਏ ਨੇ। ਸੋ ਬਿਨਾਂ ਸ਼ਰਤ ਉਹਨੂੰ ਰਿਹਾ ਕੀਤਾ ਜਾਵੇ, ਕੋਈ ਜ਼ਮਾਨਤ ਨਹੀਂ, ਜ਼ਮਾਨਤ ਕਰਾਉਣੀ ਤਾਂ ਫਿਰ ਸਾਡਾ ਸੰਘਰਸ਼ ਹੈਗਾ, ਅਸੀਂ ਕਰਾਂਗੇ, ਉਹ ਜ਼ਮਾਨਤ ਕਰਾਈਏ ਨਾ ਕਰੀਏ, ਉਹ ਸਾਡਾ ਐਸਕੇਐਮ ਦਾ ਜਾਂ ਸਾਡਾ ਆਪਦਾ ਕੰਮ ਹੈ। ਮੈਂ ਕਿਰਤਿਕ ਸਿੰਘ ਜੀ ਨੂੰ ਦਾ, ਜਿਵੇਂ ਪ੍ਰਧਾਨ ਜੀ ਨੇ ਗੱਲ ਕੀਤੀ ਹੈ, ਅਸੀਂ ਸਮਝਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਮ ਜਿਹੜਾ ਹੈਗਾ ਉਹ ਧੱਕਾ। ਦੇਖੋ ਗੱਲ ਇਹ ਆ ਕਿ ਜਿੱਦਾਂ ਦਾ ਮੋਦੀ ਸਰਕਾਰ ਨੇ ਮਤਲਬ ਵਿਹਾਰ ਕੀਤਾ ਸਾਡੇ ਕਿਸਾਨਾਂ ਨਾਲ, ਠੀਕ ਹੈ, ਜਿਵੇਂ ਉਹਨਾਂ 'ਤੇ ਮਤਲਬ ਗੋਲੀਆਂ ਤੱਕ ਚਲਾਈਆਂ, ਡਰੋਨ ਸਿੱਟੇ ਨੇ, ਹੈ ਨਾ, ਕਿੰਨੇ ਲੋਕਾਂ ਨੂੰ ਫੱਟੜ ਕੀਤਾ, ਸ਼ਹੀਦ ਕੀਤਾ, ਕਤਲ ਤੱਕ ਕੀਤਾ, ਲਖਮੀਰਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਜਿਹੜਾ ਹੈਗੇ ਉਹ ਉਹਨਾਂ ਨੂੰ ਦਰੜ ਕੇ ਜਿਹੜਾ ਹੈਗਾ ਕਤਲ ਕੀਤਾ ਹੈਗਾ, 750 ਕਿਸਾਨ ਸ਼ਹੀਦ ਕੀਤੇ ਆ, ਅਤੇ ਲੋਕਾਂ ਦੇ ਵਿੱਚ ਦੇਖੋ ਰਿਜੈਂਟਮੈਂਟ ਹੈਗੀ ਹੈ, ਲੋਕਾਂ ਦੇ ਵਿੱਚ ਗੁੱਸਾ ਹੈਗਾ। ਹੁਣ ਜੇ ਲੋਕ ਆਪ ਮਹਾਰੇ, ਠੀਕ ਹੈ, ਉਹ ਸਵਾਲ ਪੁੱਛਦੇ ਨੇ ਜਾਂ ਉਹਦਾ ਵਿਰੋਧ ਕਰਦੇ ਨੇ, ਠੀਕ ਹੈ, ਤਾਂ ਇਹ ਸੰਯੁਕਤ ਕਿਸਾਨ ਮੋਰਚੇ ਦਾ ਵੀ ਫੈਸਲਾ ਹੈਗਾ ਕਿ ਅਸੀਂ ਪ੍ਰੋਟੈਸਟ ਕਰਨਾ ਭਾਰਤੀ ਜਿਹੜੀ ਹੈਗੀ ਹੈ ਜਨਤਾ ਪਾਰਟੀ ਦੇ ਖਿਲਾਫ਼। ਅਤੇ ਇੱਥੇ ਜਿਹੜੀ ਘਟਨਾ ਪਾਰਟੀਕੁਲਰ ਇਹਨਾਂ ਨੇ ਗੱਲ ਕੀਤੀ ਹੈਗੀ, ਇੱਥੇ ਤਾਂ ਕੋਈ ਇੱਦਾਂ ਦੀ ਗੱਲ ਵੀ ਨਹੀਂ ਹੋਈ, ਕੋਈ ਜਿਵੇਂ ਉਹ ਗੱਲ ਕਹਿ ਰਿਹਾ ਕਿ ਕੋਈ ਕਿਸੇ ਦੇ ਰੋੜਾ ਮਾਰਿਆ ਜਾਂ ਕੁਛ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੋਈ, ਪੀਸਫੁਲੀ ਲੋਕਾਂ ਨੇ ਜਿਹੜੇ ਹੈਗੇ ਆ ਉਹ ਗੱਲਬਾਤ ਕੀਤੀ ਹੈਗੀ ਹੈ। ਔਰ ਉਸ ਸਮੇਂ ਸਾਡੇ ਜਿਹੜੇ ਆਗੂ ਰਜਿੰਦਰ ਸਿੰਘ, ਦੀਪ ਸਿੰਘ ਵਾਲਾ, ਜਿਹੜੇ ਸਾਡੇ ਜਨਰਲ ਸਕੱਤਰ ਨੇ ਕਿਰਤੀ ਕਿਸਾਨ ਯੂਨੀਅਨ ਦੇ, ਉਸ ਸਮੇਂ ਉੱਥੇ ਹੈ ਹੀ ਨਹੀਂ ਸੀ ਹੈ, ਔਰ ਜਾਣ ਬੁੱਝ ਕੇ ਜਾਣੀ ਕਿ ਪੁਲਿਸ ਨੇ ਇੱਕ ਤਰ੍ਹਾਂ ਦੀ ਦਹਿਸ਼ਤ ਪਾਉਣ ਦੇ ਲਈ, ਠੀਕ ਹੈ, ਇਹ ਜਿਹੜਾ ਹੈ ਕਿ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ, ਜਿਵੇਂ ਪ੍ਰਧਾਨ ਜੀ ਨੇ ਕੀਤਾ ਕਿ ਇਹ ਹੁਣ ਜਥੇਬੰਦੀਆਂ ਜਿਹੜੀਆਂ ਉਹ ਚੁੱਪ ਕਰਕੇ ਨਹੀਂ ਬੈਠਣੀਆਂ। ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਵੇਂ ਇਹਨਾਂ ਨੇ ਕਿਹਾ ਕਿ 15 ਤਰੀਕ ਨੂੰ ਜਿਹੜਾ ਹੈਗਾ ਤੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈਗਾ ਕੀਤਾ ਜਾਊਗਾ, ਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਜੇ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਇਹਨੂੰ ਪੰਜਾਬ ਲੈਵਲ ਦਾ ਜਿਹੜਾ ਹੈਗਾ ਉਹ ਐਕਸ਼ਨ ਜਿਹੜਾ ਹੈਗਾ ਤੇ ਉਹ ਲਿਖਿਆ ਜਾਊ। ਇੱਦਾਂ ਜੀ, ਕੱਲ੍ਹ ਜਿਹੜੇ BJP ਦੇ ਲੋਕਲ ਲੀਡਰਸ਼ਿਪ ਹੈਗੀ ਹੈ, ਇਹ ਪਿੰਡਾਂ 'ਚ, ਇਸ ਇਲਾਕੇ ਦੇ ਪਿੰਡਾਂ 'ਚ ਪ੍ਰਚਾਰ ਕਰਨ ਵਾਸਤੇ BJP ਕੈਂਡੀਡੇਟ ਵਾਸਤੇ ਗਏ ਸੀ, ਤਾਂ ਪਿੰਡ ਦੀਪ ਸਿੰਘ ਵਾਲਾ ਅਤੇ ਵਿਹਲੇ ਵਾਲਾ, ਇੱਥੇ ਦੇ ਜਿਹੜੇ ਕੀਰਤੀ ਕਿਸਾਨ ਯੂਨੀਅਨ ਵਾਲੇ ਹੈਗੇ ਰਜਿੰਦਰ ਸਿੰਘ ਹੁਰੀ ਅਤੇ ਇੱਕ ਨੌਜਵਾਨ ਭਾਰਤ ਸਭਾ ਵਾਲੇ ਨੌਨਿਹਾਲ ਸਿੰਘ ਹੁਰੀ, ਇਹਨਾਂ ਨੇ ਪਹਿਲਾਂ ਤਾਂ ਉਹਦੀ ਜਿਹੜੀ ਗੱਡੀ ਹੈਗੀ ਸੀ ਉਹਨਾਂ ਨੂੰ ਅੱਗੇ ਟਰੈਕਟਰ ਲਾ ਕੇ ਟੱਕਤਾ, ਫਿਰ ਜਦੋਂ ਉਹ ਕਹਿੰਦੇ ਪੈਦਲ ਚਲੇ ਜਾਂਦਾ ਮੈਂ ਪੈਦਲ ਵੀ ਨਹੀਂ ਜਾਣ ਦਿੱਤਾ,
ਅੱਗੇ ਇਹਨਾਂ ਨੇ ਉਹਨਾਂ ਨੂੰ ਪ੍ਰਚਾਰ ਹੀ ਨਹੀਂ ਕਰਨ ਦਿੱਤਾ, ਅੰਦਰ ਹੀ ਨਹੀਂ ਪਿੰਡ ਦੇ ਜਾਣ ਦਿੱਤਾ, ਉਹਨਾਂ ਨੂੰ ਉੱਥੋਂ ਹੀ ਵਾਪਸ ਆਉਣਾ ਪਿਆ। ਇਹ ਇੱਕ ਮਾਡਲ ਕੋਡ ਆਫ ਕੰਡਕਟ ਜਿਹੜਾ ਲੱਗਾ ਹੈ ਅਤੇ ਇੱਕ ਤਾਂ ਉਹਦੀ ਵਾਇਲੇਸ਼ਨ ਹੈ, ਸੈਕਿੰਡਲੀ ਕਿ ਕਿਉਂ ਜੋ ਇਲੈਕਸ਼ਨ ਹੈਗੀ ਹੈ ਅਤੇ ਜਿਹੜਾ ਪ੍ਰਚਾਰ ਕਰਨਾ ਹੈ ਹਰ ਇੱਕ ਜਿਹੜਾ ਕੈਂਡੀਡੇਟ ਹੈ ਉਹਦਾ ਮੂਲ ਅਧਿਕਾਰ ਹੈਗਾ ਅਤੇ ਉਹਦੀ ਵੀ ਇਹ ਉਲੰਘਣਾ ਹੈਗੀ ਹੈ। ਫਿਰ ਇਹਨਾਂ ਨੇ ਇੱਕ ਬਣਾ ਕੇ ਇੱਕ ਵੀਡੀਓ ਜਿਹਨੂੰ ਕੀ ਕਹਿੰਦੇ ਵਾਇਰਲ ਕੀਤੀ ਹੈਗੀ ਹੈ ਇਹਨਾਂ ਦੇ ਇੱਕ ਬਿੱਲੀ ਵਾਲੇ ਦੇ ਡਾਕਟਰ ਕੁਲਵਿੰਦਰ ਨੇ, ਉਹਦੇ 'ਚੋਂ ਵਾਇਲੈਂਸ ਦੀ ਵੀ ਗੱਲ ਕਰਦਾ ਪਿਆ ਕਿ ਜਦੋਂ ਵੀ ਕੋਈ BJP ਵਾਲਾ ਜਾਂ ਹੋਰ ਕੋਈ ਆਉਂਦੇ ਨੇ ਅਤੇ ਉਹਨਾਂ ਦੇ ਇੱਟਾਂ ਰੋੜੇ ਮਾਰਨ ਦੀ ਗੱਲ ਕਰਦਾ ਪਿਆ। ਅਤੇ ਇਸ ਚੀਜ਼ ਨੂੰ ਸਾਰਿਆਂ ਧਿਆਨ ਰੱਖਦੇ ਹੋਏ ਕਿਉਂਕਿ ਇਲੈਕਸ਼ਨ ਕੋਡ ਲੱਗਾ ਹੋਇਆ ਉਹਦੀਆਂ ਵਾਇਲੇਸ਼ਨਸ ਹੈਗੀਆਂ ਅਤੇ ਸ਼ਾਂਤੀ ਨੂੰ ਬਣਾ ਕੇ ਰੱਖਣ ਵਾਸਤੇ ਤਾਂ ਜੋ ਕੱਲ੍ਹ ਨੂੰ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਾ ਆਵੇ, ਅਸੀਂ ਕੁਝ ਬੰਦੇ ਰਾਊਂਡ ਅਪ ਕਰਕੇ ਅਤੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਪ੍ਰੀਵੈਂਟਿਵ ਐਕਸ਼ਨ ਦੇ ਅੰਡਰ ਭੇਜੇ ਨੇ ਅਤੇ ਉਹਨਾਂ ਦੇ ਹੀ ਹਮਾਇਤ ਚਿੰਨ੍ਹ ਆ ਧਰਨਾ ਲਾਇਆ। ਸ਼ਰਤ ਕਾਹਦੀ ਜੀ? ਸ਼ਰਤ ਤਾਂ ਇਹ ਰੱਖਣ, ਸ਼ਰਤ ਸਾਡੀ ਇਹ ਹੈ ਜੀ ਕਿ ਇਹ ਕਾਨੂੰਨ ਮੰਨਣ, ਇਹਨਾਂ ਦੀ ਸ਼ਰਤ ਨਹੀਂ ਇਹ। ਅਸੀਂ ਤਾਂ ਇਹਨਾਂ ਨੂੰ ਇਹ ਪਹਿਲਾਂ ਵੀ ਕਿਹਾ, ਮੀਟਿੰਗ 'ਚ ਵੀ ਕਿਹਾ ਕਿ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਵੀ ਕਰਨਾ ਕਰੋ। ਥਾਪੀ ਉਹਨਾਂ ਦੀ ਹੈ,